ਠੱਗਾਂ ਦਾ ਪੇਸ਼ਾ ਬਣ ਚੁੱਕਿਆ ਇਮੀਗ੍ਰੇਸ਼ਨ ਜਿਸ ਪੇਸ਼ੇ ਤੁਸੀਂ ਬੈਠੇ ਹੋ। ਠੱਗਾਂ ਦੀ ਇੰਡਸਟਰੀ ਕਿਹਾ ਜਾਂਦਾ ਇਹਨੂੰ। ਠੱਗਾਂ ਅਤੇ ਕਾਲੀਆਂ ਭੇਡਾਂ ਦੱਸ ਸਕਦੇ ਹੋ ਕੌਣ ਨੇ ਨਾਂ ਲੈ ਕੇ? ਬਹੁਤ ਏਜੰਟ ਸਿਰਫ ਪੈਸੇ ਕਰਕੇ ਆਉਂਦੇ ਆ, ਪੈਸਾ ਕਮਾਉਣ ਖਾਤਰ, ਠੀਕ ਹੈ ਜੀ। ਉਹਨਾਂ ਨੂੰ ਕੁਛ ਨਹੀਂ ਪਤਾ ਕਿ ਕਿਵੇਂ ਵੀਜ਼ਾ ਲੱਗਣਾ, ਕਿਵੇਂ ਨਹੀਂ ਲੱਗਣਾ। ਉਹਨਾਂ ਦਾ ਟਾਰਗੇਟ ਇਹ ਆ ਕਿ ਕਿਵੇਂ ਲੱਖਾਂ ਰੁਪਇਆ ਲੈ ਕੇ ਕਿਵੇਂ ਵਧੀਆ ਗੱਡੀਆਂ ਲੈਣੀਆਂ, ਕਿਵੇਂ ਆਪਣੀ ਲਾਈਫ ਨੂੰ ਲਗਜ਼ਰੀ ਬਣਾਉਣਾ। ਕੁਛ ਕੁ ਕਾਲੀਆਂ ਭੇਡਾਂ ਨੇ ਇਹ ਸਾਰਾ ਜਿਹੜਾ ਸਨੈਰੀਓ ਚੇਂਜ ਕੀਤਾ ਹੋਇਆ। ਤੁਸੀਂ ਦੇਖੋ 700 ਸਟੂਡੈਂਟ 'ਤੇ ਤਲਵਾਰ ਲਟਕ ਰਹੀ ਆ, ਜੋ ਬਾਹਰ ਹੁਣ ਕਹਿੰਦੇ ਜੀ ਰਿਪੋਰਟ ਕਰਾਂਗੇ। ਔਫਰ ਲੈਟਰ ਨੂੰ ਫੇਕ ਬਣਾ ਕੇ ਔਰ ਭੇਜਤਾ, ਹੁਣ 700 ਬੱਚਾ ਕਦੋਂ ਵੀ ਇੰਡੀਆ ਆ ਸਕਦਾ ਜੀ। ਇਹ ਨਾਂ ਲੈਣ ਲੱਗੇ ਡਰ ਲੱਗਦਾ ਤੁਹਾਨੂੰ? ਨਹੀਂ ਨਹੀਂ, ਡਰ ਨਹੀਂ ਲੱਗਦਾ ਜੀ ਤੁਹਾਨੂੰ, ਮੈਂ ਸਾਰੀ ਗੱਲ ਦੱਸਦਾ। ਉਸ ਦੇ ਵਿੱਚ ਵੀਜ਼ਾ ਰਿਫਿਊਜ਼ਲ 'ਤੇ ਨਾਂ 'ਤੇ ਠੱਗੀ ਵੱਜਦੀ ਸੀ, ਹੁਣ ਵੀਜ਼ਾ ਲਵਾ ਕੇ ਠੱਗੀ ਮਾਰ ਰਹੇ ਆ ਜੀ। ਉਹ ਕਿਵੇਂ ਠੱਗੀ ਹੋ ਰਹੀ ਆ? ਕਿਵੇਂ ਵੀਜ਼ਾ ਲੱਗ ਗਿਆ? ਏਜੰਟ ਕਹੂਗਾ ਜੀ ਵੀ ਤੁਹਾਡਾ ਵੀਜ਼ਾ ਹੋ ਗਿਆ ਰਿਫਿਊਜ਼, 24 ਘੰਟਿਆਂ ਦੇ ਵਿੱਚ ਮੈਂ ਇਹਨੂੰ ਅਪਰੂਵਲ ਦੇ ਵਿੱਚ ਕਨਵਰਟ ਕਰੂੰਗਾ, ਮੈਨੂੰ 4 ਲੱਖ ਰੁਪਈਆ ਦੇ ਦਿਓ। ਅਗਰ 10 ਬੰਦਿਆਂ ਤੋਂ ਲੈ 40 ਲੱਖ ਰੁਪਈਆ ਬਣ ਗਿਆ ਜੀ, ਬੱਚਾ ਫਸਿਆ ਹੁੰਦਾ। ਤੁਸੀਂ ਕਹਿੰਦੇ ਦੋਗਲੇ ਚਿਹਰੇ ਨੇ ਇੰਡਸਟਰੀ 'ਚ। ਹਾਂਜੀ, ਦੋਗਲੇ ਚਿਹਰੇ ਕਿਵੇਂ ਨੇ? ਪੈਕੇਜ ਦੇ ਨਾਂ 'ਤੇ 13-14 ਲੱਖ ਰੁਪਈਆ ਲੈਣਗੇ, 4 ਲੱਖ ਫੀਸ ਹੋਏਗੀ ਕਾਲਜ ਦੀ, ਪ੍ਰਾਈਵੇਟ ਕਾਲਜ ਕੋਈ ਵਰਕ ਪਰਮਿਟ ਨਹੀਂ, 1.5 ਲੱਖ ਰੁਪਈਆ ਐਡਵਾਂਸ ਲੈਣਗੇ ਜੀ। ਤੁਹਾਡਾ ਵੀਜ਼ਾ ਆਵੇ ਨਾ ਆਵੇ ਉਹਨਾਂ ਨੂੰ 1.5 ਲੱਖ ਬਣ ਜਾਣਾ। ਅਗਰ ਤੁਹਾਡਾ ਵੀਜ਼ਾ ਆ ਗਿਆ ਤਾਂ ਕਹਿ ਲਓ ਕਿ 8-10 ਲੱਖ ਰੁਪਈਆ ਇੱਕ ਪੈਕੇਜ ਦੇ ਵਿੱਚੋਂ ਪ੍ਰੋਫਿਟ ਹੈ ਜੀ। 2-2.5 ਸਾਲਾਂ ਦੇ ਵਿੱਚ 10 ਤਾਂ ਮੈਂ ਕਿ ਵੀਜ਼ਾ ਗੁਰੂ ਸਟੱਡੀ ਅਬਰੋਡ ਗੁਰਪ੍ਰੀਤ ਕੋਈ ਹੈਗਾ ਇੰਡਸਟਰੀ ਦੇ ਵਿੱਚ, 2-2.5 ਸਾਲ ਕੋਈ ਜ਼ਿਆਦਾ ਨਹੀਂ ਹੁੰਦੇ ਜੀ। ਕੋਈ ਇਹ ਕਿਸੇ ਏਜੰਟ ਕੋਲ ਨਾਂ ਲੈ ਲਓ ਜੀ, ਵਾਹਿਗੁਰੂ ਦੀ ਕਿਰਪਾ ਨਾਲ ਅਗਲਾ ਜਾਣਦਾ ਹੋਰ ਤੁਹਾਨੂੰ ਪੋਜ਼ਿਟਿਵ ਫੀਡਬੈਕ ਦਊਗਾ। ਤੁਸੀਂ ਠੱਗ ਨਹੀਂ ਹੋ, ਇਸ ਗੱਲ ਦੀ ਕੀ ਗਰੰਟੀ ਹੈ? ਤੁਹਾਡੇ ਖਿਲਾਫ਼ ਕੋਈ ਸਬੂਤ ਲਿਆ ਵੇ ਕਿ ਵੀ ਹਾਂ ਇਹਨਾਂ ਨੇ ਵੀ ਠੱਗੀ ਮਾਰੀ ਆ, ਫਿਰ ਉਹਦਾ ਕੀ ਕਰੋ? ਕਿਹੜੀ ਪ੍ਰੋਫਾਈਲ ਆ ਜਿਸ ਦਾ ਅਸੀਂ ਵੀਜ਼ਾ ਨਹੀਂ ਲਵਾਇਆ ਜੀ? ਲੋਕ ਸਰੋਪੇ ਦੇ ਕੇ ਜਾਂਦੇ ਆ ਜੀ, ਠੱਗੀ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ ਹੈ। ਵੀਜ਼ੇ ਜਦੋਂ ਵੀਜ਼ਾ ਲੱਗ ਜਾਂਦਾ ਉਸ ਤੋਂ ਬਾਅਦ ਪੇਮੈਂਟ ਲਈਦੀ ਹੈ ਜੀ, ਠੀਕ ਹੈ। ਜਿਨ੍ਹਾਂ ਨੇ ਠੱਗੀ ਮਾਰਨੀ ਉਹਨਾਂ ਦੇ ਖੂਨ 'ਚ ਹੀ ਠੱਗੀ ਹੁੰਦੀ ਹੈ ਜੀ। ਮੈਂ ਤੁਹਾਨੂੰ ਦੱਸੀ ਨਾ, ਵੀਜ਼ਾ ਲੱਗਣ ਤੋਂ ਬਾਅਦ ਠੱਗੀ ਮਾਰ ਲੈਂਦੇ ਆ ਜੀ ਉਹ ਵੀ ਤੁਹਾਡੀ ਰਿਫਿਊਜ਼ਲ ਆ ਗਈ। ਇੱਦਾਂ ਦਾ ਕੋਈ ਕੇਸ ਨਹੀਂ ਅਸੀਂ ਜਿਹਦਾ ਵੀਜ਼ਾ ਨਹੀਂ ਲਵਾਇਆ। ਟੂਰਿਸਟ ਵੀਜ਼ਾ ਸਾਡੇ ਕੋਲ ਆ ਜੇ ਸਿਰਫ ਪਾਸਪੋਰਟ ਹੋਵੇ ਇਕੱਲਾ, ਅਸੀਂ ਵੀਜ਼ਾ ਲਵਾ ਕੇ ਦੇਵਾਂਗੇ ਜੀ, ਜੈਨੂਇਨ ਪ੍ਰੋਫਾਈਲ ਬਣਾ ਕੇ ਟੂਰਿਸਟ ਦੀ। ਇੱਕ ਕੁੜੀ ਤਰਨ ਤਾਰਨ ਉਹਦਾ ਵੀਜ਼ਾ ਲਗਵਾਇਆ ਜੀ, ਵੀਜ਼ਾ ਨਹੀਂ ਲੱਗਿਆ 3 ਵਾਰੀ ਅਤੇ ਮੁੰਡੇ ਨੇ ਛੱਡਤੀ ਕੁੜੀ ਜੀ, ਇਕੱਲੀ ਇਕੱਲੀ ਕੁੜੀ। ਔਰ ਅਸੀਂ ਵੀਜ਼ਾ ਅਪਲਾਈ ਕੀਤਾ, ਕੁੜੀ ਦਾ ਵੀਜ਼ਾ ਆ ਗਿਆ ਜੀ। ਉਸ ਤੋਂ ਬਾਅਦ ਜਦੋਂ ਪਾਸਪੋਰਟ ਲੈਣ ਆਏ, ਸਟੈਂਪ ਪਾਸਪੋਰਟ, ਉਹਨਾਂ ਨੇ ਇਹ ਕਿਹਾ, ਕਹਿੰਦੇ ਅਸੀਂ ਤੁਹਾਨੂੰ ਜਿਹੜੀ ਮਿੱਟੀ ਕਹਿ ਕੇ ਗਏ ਸੀ ਨਾ, ਮਿੱਟੀ ਹੋ ਗਈ, ਸਾਡੀ ਕੁੜੀ ਸਿਉਣਾ ਹੋ ਗਈ। ਮੈਂ ਕਿਹਾ ਜੀ ਕਿਵੇਂ ਵੀਜ਼ਾ ਲੱਗਣਾ? ਕਹਿੰਦੇ ਜੀ ਵੀਜ਼ਾ ਤਾਂ ਚਲੋ ਲੱਗਿਆ ਹੀ ਆ, ਸਾਨੂੰ ਸਾਡੀ ਕੁੜੀ ਨੂੰ 10 ਰਿਸ਼ਤੇ ਆ ਗਏ ਉੱਧਰ। ਪਿਛਲੇ ਦਿਨਾਂ ਚੱਲਿਆ ਕਿ ਜੀ ਕੈਨੇਡਾ ਨੇ ਆਹ ਬੰਦ ਕਰਤਾ, ਕੈਨੇਡਾ ਨੇ ਉਹ ਬੰਦ ਕਰਤਾ, ਇਹ ਗੱਲਾਂ 'ਚ ਕੋਈ ਦਾਮਾ ਜੀ ਕੀ ਬੰਦ ਹੋ ਚੁੱਕਿਆ ਗਾ, ਕਿਹੜੇ ਲੋਕ ਤੁਹਾਡੇ ਕੋਲ ਆਉਣ, ਕਿਹੜੇ ਨਾ ਆਉਣ? ਸਿਰਫ ਕੈਨੇਡਾ ਹੀ ਇੱਕੋ ਇੱਕ ਕੰਟਰੀ ਆ ਜਿਨ੍ਹਾਂ ਨੇ ਪੰਜਾਬੀਆਂ ਨੂੰ, ਸਾਡੇ ਯੂਥ ਨੂੰ ਸੰਭਾਲਿਆ। ਮੈਂ ਤਾਂ ਕਹਿੰਦਾ ਸਾਡੀ ਇੱਜ਼ਤ ਢੱਕ ਲਈ ਜੀ ਕੈਨੇਡਾ ਨੇ। ਹੁਣ ਕਹਿੰਦੇ ਨਹੀਂ ਜੀ ਨਹੀਂ, ਕੈਨੇਡਾ ਕਿਉਂ ਪੰਜਾਬ ਖਾਲੀ? ਕੋਈ ਪੰਜਾਬ ਖਾਲੀ ਨਹੀਂ ਹੁੰਦਾ ਜੀ। ਤੁਸੀਂ ਸੁਣਿਆ ਜੀ ਕਿਸੇ ਦਾ ਬੱਚਾ ਕੈਨੇਡਾ ਗਿਆ, ਉਹਦਾ ਪਿਓ ਫਾਹ ਲੈ ਕੇ ਮਰ ਗਿਆ ਹੋਵੇ, ਉਹਨੇ ਜ਼ਹਿਰ ਖਾਧੀ ਹੋਵੇ, ਕਿਸੇ ਦਾ 1 ਪਰਸਨ ਵੀ ਗਿਆ ਹੋਵੇ? ਕਿਉਂ? ਕਿਉਂਕਿ ਫਾਈਨੈਂਸ਼ੀਅਲੀ ਫਰੀਡਮ ਹੈ ਜੀ। ਮੈਂ ਤਾਂ ਇੱਥੋਂ ਤੱਕ ਸੁਣਿਆ ਤੁਸੀਂ ਲੋਕ ਕਹਿੰਦੇ ਏਜੰਟਾਂ ਦੇ ਪੈਸੇ ਮੰਡਵਾਉਣੇ, ਸਭ ਤੋਂ ਔਖੇ ਤੁਸੀਂ ਏਜੰਟਾਂ ਤੋਂ ਵੀ ਪੈਸੇ ਮੰਡਵਾਏ ਆ। ਇੱਕ ਮੈਨੂੰ ਇੱਦਾਂ ਦਾ ਬੰਦਾ ਬਠਿੰਡੇ ਦਾ ਮਿਲਿਆ ਜੀ, ਕਹਿੰਦਾ ਯਾਰ ਮੈਂ ਤਾਂ, ਕਹਿੰਦਾ ਮੇਰੇ ਪੈਸੇ ਕਢਾ ਦੇ। ਮੈਂ ਕਿਹਾ ਜੀ ਤੁਸੀਂ ਬੰਦੇ ਬੁੰਦੇ ਇਕੱਠੇ ਕਰਕੇ ਜਾਓ, ਛਿੱਤਰ ਮਾਰੋ। ਕਹਿੰਦੇ ਜੀ ਛਿੱਤਰ ਕੀ ਮਾਰ? ਕਹਿੰਦਾ ਮੈਂ, ਮੇਰਾ ਸੁਭਾਅ ਇੱਦਾਂ ਦਾ, ਮੈਨੂੰ ਕੋਈ ਗੋਲੀ ਵੀ ਮਾਰ ਜੇ ਨਾ ਤਾਂ ਮੈਂ ਕਹੂੰਗਾ ਚੱਲ ਯਾਰ ਮੇਰੀ ਲਿਖੀ ਹੋਈ ਐ ਸੀ, ਚਾ ਮਾਰ ਗਿਆ ਤੇ ਮਾਰ ਗਿਆ ਗੋਲੀ। ਮੈਂ ਕਿਹਾ ਏਡਾ ਸਬਰ ਲੋਕਾਂ ਦੇ ਵਿੱਚ, ਮੈਂ ਕਿਹਾ ਤੇਰੇ ਪੈਸੇ ਜ਼ਰੂਰ ਕਢਾ ਕੇ ਦੂੰਗਾ। ਅਗਲੇ ਦਿਨ ਮੈਂ ਫੋਨ ਕੀਤਾ, ਮੈਂ ਕਿਹਾ ਵੀ ਇੱਦਾਂ ਕਰਕੇ, ਚਲੋ ਉਹਨੂੰ ਕਹੀ ਜੋ ਗੱਲ ਕੀਤੀ ਮੈਂ ਉਹਦੇ ਨਾਲ, ਉਹਨੇ ਫੋਨ ਕੀਤਾ ਕਹਿੰਦਾ ਪੈਸੇ ਲੈ ਜਾਓ, GIC ਦੀ ਸਾਰੀ ਪੇਮੈਂਟ ਵਾਪਸ ਮੋੜੀ ਜੀ।
ਚਾਰ ਪੰਜ ਬੱਚੇ ਇਦਾਂ ਦੇ ਭੇਜੇ ਜਿਹੜੇ ਜਾ ਨਹੀਂ ਸਕਦੇ, ਪਰ 6 ਬੈਂਡ ਸੀ। ਪੈਸੇ ਤੁਸੀਂ ਮੈਂ ਕਿਹਾ ਕੈਨੇਡਾ ਜਾ ਕੇ ਦੇ ਦਿਓ, ਉਹ ਵੱਖਰੀ ਗੱਲ ਆ। ਪੰਜਾਂ ਦੇ ਵਿੱਚੋਂ ਇੱਕ ਦੀ ਪੇਮੈਂਟ ਗਈ, ਚਾਰਾਂ ਦੀ ਅਜੇ ਤੱਕ ਨਹੀਂ ਆਈ। 12 ਸਾਲ ਦਾ ਤਜਰਬਾ ਜੀ, 12 ਸਾਲ ਦੇ ਵਿੱਚ ਬਹੁਤ ਧੱਕੇ ਖਾਧੇ ਜੀ, ਬਹੁਤ ਜੋਬਸ ਕੀਤੀਆਂ ਜੀ, ਬੜੀਆਂ ਗੱਲਾਂ ਬੌਸ ਦੀਆਂ ਸੁਣੀਆਂ ਜੀ ਆਪਦੇ। ਇੱਦਾਂ ਦੇ ਮਾੜੇ ਚੰਗੇ ਟਾਈਮ ਮੈਂ ਬਹੁਤ ਦੇਖੇ ਜੀ, ਠੀਕ ਆ ਜੀ। ਮੈਂ ਕੱਖੋਂ ਲੱਖ ਵੀ ਹੋਇਆ, ਲੱਖੋਂ ਕੱਖ ਵੀ ਹੋਇਆ ਜੀ, ਅਤੇ ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਇੰਨੀ ਕਿਰਪਾ ਜੀ, 1 ਰੁਪਏ ਦੀ ਠੱਗੀ ਨਹੀਂ ਜੀ ਮੈਂ ਮਾਰ। ਪੰਜਾਬ 'ਚ ਪਿਛਲੇ ਦਿਨੀ ਇਮੀਗ੍ਰੇਸ਼ਨ ਏਜੰਟਾਂ ਨੂੰ ਲੈ ਕੇ ਅਜਿਹੀਆਂ ਗੱਲਾਂ ਫੈਲੀਆਂ ਕਿ ਇਮੀਗ੍ਰੇਸ਼ਨ ਦਾ ਮਤਲਬ ਠੱਗੀ ਹੋ ਗਿਆ। ਕੀ ਇਹ ਠੱਗਾਂ ਦੀ ਇੰਡਸਟਰੀ ਹੈ? ਇਮੀਗ੍ਰੇਸ਼ਨ 'ਚੋਂ ਕਿਹੜੇ ਠੱਗ ਨੇ ਜਿਹੜੇ ਠੱਗੀਆਂ ਮਾਰਦੇ ਨੇ? ਅੱਜ ਉਹਨਾਂ ਠੱਗਾਂ ਨੂੰ ਬੇਨਕਾਬ ਕਰਾਂਗੇ, ਨਾਲ ਦੀ ਨਾਲ ਹੀ ਇਹ ਵੀ ਪਤਾ ਕਰਾਂਗੇ ਕਿ ਸੱਚ ਕੀ ਹੈ ਅਤੇ ਝੂਠ ਕੀ ਹੈ। ਕੌਣ ਬੰਦੇ ਨੇ ਜਿਹੜੇ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਨੇ, ਜਿਹੜੇ ਵਾਕਈ ਜੇ ਕਿਸੇ ਨੂੰ ਬਾਹਰ ਭੇਜਣਗੇ ਇਮਾਨਦਾਰੀ ਨਾਲ ਭੇਜਣਗੇ? ਗੱਲਬਾਤ ਕਰਦੇ ਹਾਂ ਗੁਰਪ੍ਰੀਤ ਸਿੰਘ, ਜਿਹੜੇ ਵੀਜ਼ਾ ਗੁਰੂ ਸਟੱਡੀ ਅਬਰੋਡ ਤੋਂ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਚੱਲ ਰਹੀ ਹੈ ਇਹ ਇੰਡਸਟਰੀ। ਸਵਾਗਤ ਹੈ ਬਾਈ ਜੀ, ਬਹੁਤ ਬਹੁਤ ਤੁਹਾਡਾ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਜਦਵਿੰਦਰ ਜੀ। ਬਾਈ ਜੀ, ਸਭ ਤੋਂ ਪਹਿਲਾ ਸਵਾਲ ਮੇਰਾ ਸਿੱਧਾ ਅਤੇ ਸਪਾਟ, ਕੀ ਠੱਗਾਂ ਦਾ ਪੇਸ਼ਾ ਬਣ ਚੁੱਕਿਆ ਇਮੀਗ੍ਰੇਸ਼ਨ ਜਿਸ ਪੇਸ਼ੇ ਤੁਸੀਂ ਬੈਠੇ ਹੋਗੇ, ਠੱਗਾਂ ਦੀ ਇੰਡਸਟਰੀ ਕਿਹਾ ਜਾਂਦਾ ਇਹਨੂੰ? ਜੀ ਜਦਵਿੰਦਰ ਜੀ, ਹਰ ਮਾਰਕੀਟ ਦੇ ਵਿੱਚ, ਹਰ ਇੰਡਸਟਰੀ ਦੇ ਵਿੱਚ ਗਲਤ ਅਤੇ ਸਹੀ ਬੰਦੇ ਹੁੰਦੇ ਆ, ਬਟ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਜਿਹੜੀ ਮਾਰਕੀਟ ਆ ਉਹ ਠੱਗਾਂ ਦੀ ਆ, ਠੀਕ ਆ ਜੀ। ਕੁਛ ਕੁ ਕਾਲੀਆਂ ਭੇਡਾਂ ਨੇ ਇਹ ਸਾਰਾ ਜਿਹੜਾ ਸਨੈਰੀਓ ਚੇਂਜ ਕੀਤਾ ਹੋਇਆ। ਤੁਸੀਂ ਦੇਖੋ, 700 ਸਟੂਡੈਂਟ 'ਤੇ ਤਲਵਾਰ ਲਟਕ ਰਹੀ ਆ, ਜੋ ਬਾਹਰ ਹੁਣ ਕਹਿੰਦੇ ਜੀ ਰਿਪੋਰਟ ਕਰਾਂਗੇ, ਔਫਰ ਲੈਟਰ ਨੂੰ ਫੇਕ ਬਣਾ ਕੇ ਔਰ ਭੇਜਤਾ। ਹੁਣ 700 ਬੱਚਾ ਕਦੋਂ ਵੀ ਇੰਡੀਆ ਆ ਸਕਦਾ ਜੀ, ਕੇਸ ਉਹ ਚੱਲ ਰਿਹਾ, ਠੀਕ ਹੈ ਜੀ। ਕੌਣ ਨੇ ਕਾਲੀਆਂ ਭੇਡਾਂ, ਠੱਗ ਕੌਣ ਨੇਗੇ ਜੀ? ਸੋ ਅਗਰ ਦੇਖਿਆ ਜਾਵੇ ਤਾਂ ਜਿਹੜੇ ਅਨਐਜੂਕੇਟਡ ਹੈ ਜੀ, ਠੀਕ ਆ, ਕਿਉਂਕਿ ਹਰ ਚੀਜ਼ ਦਾ ਕੋਈ ਪੈਰਾਮੀਟਰ ਆ। ਅਗਰ ਤੁਸੀਂ ਜਰਨਲਿਸਟ ਹੋ ਜੀ, ਤੁਸੀਂ ਆਪਣਾ ਕੋਈ ਪੈਰਾਮੀਟਰ, ਤੁਹਾਡੀ ਕੋਈ ਐਜੂਕੇਸ਼ਨ ਲੈ ਕੇ ਇੱਥੇ ਆਏ ਹੋ ਜੀ, ਇਸ ਕੰਮ ਦੇ ਵਿੱਚ ਬਹੁਤ ਏਜੰਟ ਸਿਰਫ ਪੈਸੇ ਕਰਕੇ ਆਉਂਦੇ ਆ, ਪੈਸਾ ਕਮਾਉਣ ਖਾਤਰ, ਠੀਕ ਹੈ ਜੀ। ਉਹਨਾਂ ਨੂੰ ਕੁਛ ਨਹੀਂ ਪਤਾ ਕਿ ਕਿਵੇਂ ਵੀਜ਼ਾ ਲੱਗਣਾ, ਕਿਵੇਂ ਨਹੀਂ ਲੱਗਣਾ। ਉਹਨਾਂ ਦਾ ਟਾਰਗੇਟ ਇਹ ਆ ਕਿ ਕਿਵੇਂ ਲੱਖਾਂ ਰੁਪਇਆ ਲੈ ਕੇ ਕਿਵੇਂ ਵਧੀਆ ਗੱਡੀਆਂ ਲੈਣੀਆਂ, ਕਿਵੇਂ ਆਪਣੀ ਲਾਈਫ ਨੂੰ ਲਗਜ਼ਰੀ ਬਣਾਉਣਾ, ਠੀਕ ਹੈ ਜੀ। ਬਟ ਉਹਨਾਂ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਉਹ ਕੰਸਲਟੈਂਟ ਆ। ਕੰਸਲਟੈਂਟ ਤਾਂ ਦੇਖੋ ਸਾਨੂੰ, ਅਸੀਂ ਵੀਜ਼ਾ ਲਗਾਉਣੇ ਲੋਕ ਸਰੋਪੇ ਪਾ ਕੇ ਜਾਂਦੇ ਆ, ਠੀਕ ਹੈ ਜੀ। ਜਿਨ੍ਹਾਂ ਦਾ ਵੀਜ਼ਾ ਲੱਗਦਾ ਉਹ ਕਹਿੰਦੇ ਜੀ ਅਸੀਂ ਤਾਂ ਪੂਜਾ ਹੀ ਤੁਹਾਡੀ ਕਰਦੇ, ਤੁਸੀਂ ਸਾਡੇ ਲਈ ਰੱਬ ਹੋ। ਹਾਲਾਂਕਿ ਅਸੀਂ ਤਾਂ ਚਲੋ ਸੰਗਤ ਦੇ ਪੈਰਾਂ ਦੇ ਚਰਨਾਂ ਦੀ ਧੂੜ ਵਰਗੇ ਵੀ ਹੈ ਨਹੀਂ, ਠੀਕ ਆ। ਸੋ ਇਹ ਠੱਗਾਂ ਅਤੇ ਕਾਲੀਆਂ ਭੇਡਾਂ ਦੱਸ ਸਕਦੇ ਹੋ ਕੌਣ ਨੇ ਨਾਂ ਲੈ ਕੇ? ਜੀ ਦੇਖੋ, ਨਾਂ ਲੈ ਕੇ ਤਾਂ ਮੈਂ ਤੁਹਾਨੂੰ ਸਿੱਧੀ ਜੀ ਗੱਲ ਦੱਸ ਦਿੰਦਾ ਜੀ, ਇਹ ਕੰਮ ਦੇ ਵਿੱਚ ਠੱਗੀ ਕਿਵੇਂ ਹੋ ਰਹੀ ਆ। ਤੁਸੀਂ ਯਾਦਵਿੰਦਰ ਜੀ, ਨਾਂ ਲੈਣ ਲੱਗੇ ਡਰ ਲੱਗਦਾ ਤੁਹਾਨੂੰ? ਨਹੀਂ ਨਹੀਂ, ਡਰ ਨਹੀਂ ਲੱਗਦਾ ਜੀ ਤੁਹਾਨੂੰ, ਮੈਂ ਸਾਰੀ ਗੱਲ ਦੱਸਦਾ। ਉਸ ਦੇ ਵਿੱਚ ਵੀਜ਼ਾ ਰਿਫਿਊਜ਼ਲ ਤੇ ਨਾਂ ਤੇ ਠੱਗੀ ਵੱਜਦੀ ਸੀ, ਹੁਣ ਵੀਜ਼ਾ ਲਵਾ ਕੇ ਠੱਗੀ ਮਾਰ ਰਹੇ ਆ ਜੀ। ਉਹ ਕਿਵੇਂ ਠੱਗੀ ਹੋ ਰਹੀ ਆ ਕਿ ਜਿਵੇਂ ਵੀਜ਼ਾ ਲੱਗ ਗਿਆ, ਏਜੰਟ ਕਹੂਗਾ ਜੀ ਵੀ ਤੁਹਾਡਾ ਵੀਜ਼ਾ ਹੋ ਗਿਆ ਰਿਫਿਊਜ਼, 24 ਘੰਟਿਆਂ ਦੇ ਵਿੱਚ ਮੈਂ ਇਹਨੂੰ ਅਪਰੂਵਲ ਦੇ ਵਿੱਚ ਕਨਵਰਟ ਕਰੂੰਗਾ, ਮੈਨੂੰ 4 ਲੱਖ ਰੁਪਈਆ ਦੇ ਦਿਉ। ਅਗਰ 10 ਬੰਦਿਆਂ ਤੋਂ ਲੈ ਲਿਆ, 40 ਲੱਖ ਰੁਪਈਆ ਬਣ ਗਿਆ ਜੀ, ਬੱਚਾ ਫਸਿਆ ਹੁੰਦਾ। ਇੱਦਾਂ ਦੇ ਬਹੁਤ ਟਿਪ, ਬਹੁਤ ਵੱਡੀਆਂ ਕੰਪਨੀਆਂ ਜਿਹਨਾਂ ਨੂੰ 20-25 ਸਾਲ ਹੋ ਗਏ, ਉਹਨਾਂ ਨੇ ਖਰਚੇ ਇੰਨੇ ਵਧਾਏ ਹੋਏ, 8-10 ਬ੍ਰਾਂਚਾਂ ਉਹਨਾਂ ਨੇ ਆਪਦੀਆਂ ਫੈਲੀਆਂ ਹੋਈਆਂ ਪੂਰੀ ਆਲ ਓਵਰ ਇੰਡੀਆ ਦੇ ਵਿੱਚ, ਤਾਂ ਉਹ ਇੱਦਾਂ ਦਾ ਸਿਸਟਮ ਜਿਹੜਾ ਕਰ ਰਹੇ ਆ ਜੀ। ਇਸ ਦੇ ਵਿੱਚ ਠੱਗੀ ਜਿਹੜਾ ਸ਼ਬਦ ਆ ਜੀ, ਮੈਂ ਕਹਿੰਦਾ ਉਹ ਹਰ ਇੰਡਸਟਰੀ ਦੇ ਵਿੱਚ ਆ, ਪਰ ਸਾਡੇ ਜਿਹੜੇ ਏਜੰਟ ਆ, ਜਿਹੜੇ ਪੁਰਾਣੇ ਆ, ਉਹਨਾਂ ਨੇ ਜ਼ਿਆਦਾ ਇਹ ਸਿਸਟਮ ਕਰ ਲਿਆ ਜੀ, ਕਿਉਂਕਿ ਖਰਚੇ ਬਹੁਤ ਵਧਾ ਚੁੱਕੇ ਆ ਜੀ ਉਹ ਜੀ। ਤੁਸੀਂ ਠੱਗ ਨਹੀਂ ਹੋ, ਇਸ ਗੱਲ ਦੀ ਕੀ ਗਰੰਟੀ ਹੈ? ਦੇਖੋ ਜੀ, ਮੇਰਾ ਕਮੈਂਟ ਸੈਕਸ਼ਨ ਹੀ ਦੱਸ ਦੂਗਾ ਜੀ, ਹੁਣ ਤੁਸੀਂ ਇੰਟਰਵਿਊ ਪਾਉਣੀ ਹੈ ਜੀ, ਉਹ ਕਮੈਂਟ ਦੇ ਵਿੱਚ ਦੇਖੋ। ਚਲੋ ਕੋਈ ਮੇਰੇ ਕੋਈ ਜੈਲਸ ਕਰਕੇ ਜਾਂ ਕੋਈ ਕੰਪੀਟੀਟਰ ਮੇਰਾ
ਉਹ ਹੋ ਸਕਦਾ ਕਿ ਉਹਨੂੰ ਨਾ ਚੰਗੀ ਲੱਗੇ ਇੰਟਰਵਿਊ ਅਤੇ ਉਹ ਫੇਕ ਆਈ ਡੀ ਤੋਂ ਕੋਈ ਕਰਦੇ। ਅਦਰਵਾਈਜ਼ ਕਮੈਂਟ ਸੈਕਸ਼ਨ ਦੱਸ ਜਾਂਦਾ ਜੀ, ਗੂਗਲ 'ਤੇ ਰਿਵਿਊ ਚੈੱਕ ਕਰੋ ਜੀ ਸਾਡੇ ਜਾ ਕੇ, ਅਗਰ ਅਸੀਂ ਲੋਕਾਂ ਨਾਲ ਠੱਗੀ ਮਾਰੀ ਹੋਏਗੀ ਉੱਥੇ ਆ ਜਾਂਦਾ ਜੀ ਸਾਰਾ ਕੁਛ। ਤੁਸੀਂ ਕਹਿੰਦੇ ਦੋਗਲੇ ਚਿਹਰੇ ਨੇ ਇੰਡਸਟਰੀ 'ਚ, ਹਾਂਜੀ ਦੋਗਲੇ ਚਿਹਰੇ ਕਿਵੇਂ ਨੇ ਗੇ? ਦੋਗਲੇ ਚਿਹਰੇ ਇਹ ਆ ਜੀ, ਬਹੁਤ ਵਧੀਆ ਸਵਾਲ ਕੀਤਾ ਜੀ, ਮੇਰੇ ਮਨ 'ਚ ਗੱਲ ਸੀ, ਤੁਸੀਂ ਇਹ ਪੁੱਛੋ ਅਤੇ ਤੁਸੀਂ ਪੁੱਛ ਲਈ ਆ। ਤੁਸੀਂ ਦੇਖਿਆ ਹੋਣਾ ਜੀ, ਚਲੋ ਤੁਸੀਂ ਵੀ ਬੜੇ ਏਜੰਟਾਂ ਦੀ ਇੰਟਰਵਿਊ ਕਰਦੇ ਹੋ ਜੀ, ਅਤੇ ਹਰ ਕੋਈ ਕਰਦਾ ਹੀ, ਕਹਿਣਗੇ ਜੀ ਕਿ ਗੈਪ ਦੇ ਨਾਂ 'ਤੇ ਠੱਗੀ ਮਾਰ ਰਹੇ ਏਜੰਟ, ਵੀ 50,000 ਲੈ ਲਿਆ, 1,00,000 ਲੈ ਲਿਆ, 2,00,000 ਲੈ ਲਿਆ ਕੈਨੇਡਾ ਦੇ ਵੀਜ਼ੇ ਲਈ, ਆਸਟ੍ਰੇਲੀਆ ਦੇ ਵੀਜ਼ੇ ਲਈ, ਠੀਕ ਹੈ ਜੀ, ਕੋਈ ਆਈਲੈਂਡ ਦੇ ਸਰਟੀਫਿਕੇਟ ਵੀ ਬਣਾ ਰਹੇ ਆ, ਉਹ ਉਹਨਾਂ ਦਾ ਡਬਲ ਫੇਸ ਕਿਵੇਂ ਹੈ ਜੀ? ਪੈਕੇਜ ਦੇ ਨਾਂ 'ਤੇ 13-14 ਲੱਖ ਰੁਪਈਆ ਲੈਣਗੇ, 4 ਲੱਖ ਫੀਸ ਹੋਏਗੀ ਕਾਲਜ ਦੀ, ਪ੍ਰਾਈਵੇਟ ਕਾਲਜ ਕੋਈ ਵਰਕ ਪਰਮਿਟ ਨਹੀਂ, 1.5 ਲੱਖ ਰੁਪਈਆ ਐਡਵਾਂਸ ਲੈਣਗੇ ਜੀ, ਤੁਹਾਡਾ ਵੀਜ਼ਾ ਆਵੇ ਨਾ ਆਵੇ ਉਹਨਾਂ ਨੂੰ 1.5 ਲੱਖ ਬਣ ਜਾਣਾ। ਅਗਰ ਤੁਹਾਡਾ ਵੀਜ਼ਾ ਆ ਗਿਆ ਤਾਂ ਕਹਿ ਲਓ ਕਿ 8-10 ਲੱਖ ਰੁਪਈਆ ਇੱਕ ਪੈਕੇਜ ਦੇ ਵਿੱਚੋਂ ਪ੍ਰੋਫਿਟ ਹੈ ਜੀ। ਉਹ ਠੱਗੀ ਹੋਈ ਕਿ ਗੈਪ ਦੇ ਨਾਂ 'ਤੇ ਜਿਹੜੇ ਏਜੰਟ ਕਹਿੰਦੇ ਆ ਵੀ ਠੱਗੀਆਂ ਚੱਲ ਰਹੀਆਂ, ਕਿ ਉਹ ਠੱਗੀ ਹੋਈ ਜੀ? ਉੱਧਰ 1 ਲੱਖ ਦੀ ਠੱਗੀ ਹੈ ਜੀ, ਇੱਧਰ ਹੈਗੀ ਹੈ 11-12 ਲੱਖ ਦੀ ਜੀ। ਤੁਹਾਡੇ ਖਿਲਾਫ਼ ਕੋਈ ਸਬੂਤ ਲਿਆ ਵੇ ਕਿ ਵੀ ਹਾਂ ਇਹਨਾਂ ਨੇ ਵੀ ਠੱਗੀ ਮਾਰੀ ਆ, ਫਿਰ ਉਹਦਾ ਕੀ ਕਰੋਗੇ? ਦੇਖੋ ਜੀ, ਜਦੋਂ ਅਗਰ ਤੁਹਾਨੂੰ ਕੋਈ ਇੱਕ ਵੀ ਇੱਦਾਂ ਦਾ ਬੰਦਾ ਮਿਲਦਾ, ਅਸੀਂ ਦੇਣਦਾਰ ਹੋਵਾਂਗੇ ਜੀ, ਠੀਕ ਹੈ ਜੀ। ਵੀਜ਼ਾ ਗੁਰੂ ਸਟੱਡੀ ਅਬਰੋਡ ਜੀ, ਦੇਖੋ ਸਾਡੇ ਜਗ੍ਹਾ ਜਗ੍ਹਾ 'ਤੇ ਹੋਰਡਿੰਗ, ਮਤਲਬ ਪੂਰੀ ਫੁੱਲ ਐਡ ਚੱਲ ਰਹੀ, ਸਾਡੇ ਰਿਜ਼ਲਟ ਇੰਸਟਾਗ੍ਰਾਮ 'ਤੇ ਜਾ ਕੇ ਦੇਖੋ ਤੁਸੀਂ, ਅਸੀਂ 9-10 ਸਾਲ ਇੱਦਾਂ ਦਾ ਕੋਈ ਕੇਸ ਨਹੀਂ ਅਸੀਂ ਜਿੰਦਾ ਵੀਜ਼ਾ ਨਹੀਂ ਲਵਾਇਆ। ਟੂਰਿਸਟ ਵੀਜ਼ਾ ਸਾਡੇ ਕੋਲ ਆ ਜੇ, ਸਿਰਫ ਪਾਸਪੋਰਟ ਹੋਵੇ ਇਕੱਲਾ, ਅਸੀਂ ਵੀਜ਼ਾ ਲਵਾ ਕੇ ਦੇਵਾਂਗੇ ਜੀ। ਜੈਨੂਅਨ ਪ੍ਰੋਫਾਈਲ ਬਣਾ ਕੇ ਟੂਰਿਸਟ ਦੀ, ਜੈਨੂਅਨ ਪੇਮੈਂਟ, ਉਹ ਸੋਚ ਵੀ ਨਹੀਂ ਸਕਦਾ ਵੀ ਇੰਨੇ 'ਚੋਂ ਕੈਨੇਡਾ ਚਲਾ ਜਾਊਗਾ। ਉਸ ਤੋਂ ਬਾਅਦ ਜੀ ਸਪਾਊਸ ਵੀਜ਼ਾ ਦੀ ਅਗਲ ਗੱਲ ਕਰ ਲਈਏ, ਅਸੀਂ ਹਸਬੈਂਡ ਵਾਈਫ ਨੂੰ ਇਕੱਠਿਆਂ ਨੂੰ ਭੇਜਿਆ। ਤੁਸੀਂ ਦੇਖਿਆ ਪਿਛਲੇ ਦਿਨ ਮਾਰਕੀਟ ਦੇ ਵਿੱਚ ਕੀ ਹੋਇਆ ਕਿ ਤੁਸੀਂ ਪਿੱਛੇ ਜੇ ਇੱਕ ਲੜਕੇ ਨੂੰ ਪੋਇਜ਼ਨ ਵੀ ਖਾਧੀ, ਜ਼ਹਿਰ ਖਾ ਕੇ ਉਹਦੀ ਡੈਥ ਹੋਈ, ਇੱਦਾਂ ਦੇ ਬਹੁਤ ਘਰ ਬਰਬਾਦ ਹੋਏ। ਅਸੀਂ ਹਸਬੈਂਡ ਵਾਈਫ ਇਕੱਠਿਆਂ ਨੂੰ ਭੇਜਿਆ ਤਾਂ ਕਿ ਫਰੋਡ ਨਾ ਹੋਵੇ, ਕਿਉਂਕਿ ਕੈਨੇਡਾ ਦਾ ਪਤਾ ਨਹੀਂ ਪਾਣੀ ਇੱਦਾਂ ਦਾ ਜੀ, ਜਦੋਂ ਉੱਧਰ ਲੜਕੀ ਚਲੀ ਜਾਂਦੀ, ਬਹੁਤ ਜ਼ਿਆਦਾਤਰ ਮੋਸਟਲੀ ਲੜਕੀਆਂ ਦੇ ਮਾਇੰਡ ਚੇਂਜ ਹੋ ਜਾਂਦੇ ਆ ਜੀ ਉੱਥੇ ਜਾ ਕੇ। ਅਸੀਂ ਇਕੱਠੇ ਨਾਲ ਭੇਜਦੇ ਹਾਂ ਜੀ ਸਪਾਊਸ ਵੀਜ਼ਾ ਦੇ ਵਿੱਚ। ਹਾਂਜੀ, ਜਿਹੜਾ ਪਿਛਲੇ ਦਿਨਾਂ ਚੱਲਿਆ ਕਿ ਜੀ ਕੈਨੇਡਾ ਨੇ ਆਹ ਬੰਦ ਕਰਤਾ, ਕੈਨੇਡਾ ਨੇ ਉਹ ਬੰਦ ਕਰਤਾ, ਇਹ ਗੱਲਾਂ 'ਚ ਕੋਈ ਦਾਮਾ ਜੀ ਕੀ ਬੰਦ ਹੋ ਚੁੱਕਿਆ ਗਾ, ਕਿਹੜੇ ਲੋਕ ਤੁਹਾਡੇ ਕੋਲ ਆਉਣ, ਕਿਹੜੇ ਨਾ ਆਉਣ? ਦੇਖੋ ਜੀ, ਸਟੂਡੈਂਟ ਅਗਰ ਮੈਂ ਯਾਦਵਿੰਦਰ ਜੀ ਪੰਜਾਬ ਦੀ ਗੱਲ ਕਰਾਂ, ਤਾਂ ਸਾਡਾ ਦੇਸ਼ ਬਹੁਤ ਵਧੀਆ ਜੀ, ਪੰਜਾਬ ਇੰਡੀਆ ਦੇਸ਼ ਬਹੁਤ ਵਧੀਆ, ਬਟ ਹਾਲਾਤਾਂ ਤੋਂ ਮਜਬੂਰ ਹੋ ਕੇ ਪੇਰੈਂਟਸ ਭੇਜ, ਉਹ ਇਨਸਕਿਓਰ ਫੀਲ ਕਰ ਰਹੇ ਆ ਕਿ ਬੱਚਾ ਵੱਡਾ ਕਰੀਦਾ, ਠੀਕ ਆ ਜੀ, ਕਿੰਨੀ ਪਰਵਰਿਸ਼ ਕਰਕੇ ਉਸ ਤੋਂ ਬਾਅਦ ਨਸ਼ਿਆਂ 'ਚ ਪੈ ਰਿਹਾ ਜੀ। ਫਿਰ ਚਲੋ ਆ ਹੁਣ ਤੁਸੀਂ ਦੇਖ ਰਹੇ, ਇੱਦਾਂ ਮਾਹੌਲ ਬਾਰੇ ਮੈਂ ਜ਼ਿਆਦਾ ਗੱਲ ਨਹੀਂ ਕਰੂੰਗਾ, ਪਰ ਇਨਸਕਿਓਰਿਟੀ ਮਾਵਾਂ ਨੂੰ ਹੋ ਗਈ, ਉਹਨਾਂ ਨੂੰ ਨਹੀਂ ਪਤਾ ਹੱਕ ਲੈਣੇ ਨਹੀਂ ਲੈਣੇ, ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ, ਉਹਨਾਂ ਨੂੰ ਇਸ ਚੀਜ਼ ਦਾ ਪਤਾ ਸਾਡਾ ਪੁੱਤ ਕਿਵੇਂ ਬਚੂਗਾ ਨਸ਼ਿਆਂ ਤੋਂ ਜਾਂ ਕਿਸੇ ਹੋਰ ਜ਼ੁਲਮ ਤੋਂ। ਇਸ ਕਰਕੇ ਜਿਸ ਦਿਨ ਦਾ ਆ ਹੁਣ ਜ਼ਿਆਦਾ ਧਰਨਾ ਵਗੈਰਾ ਲੱਗਿਆ ਜੀ, ਸਾਡੇ ਕੋਲ ਜ਼ਿਆਦਾ ਕੌਲਾਂ ਆ ਰਹੀਆਂ, ਜ਼ਿਆਦਾ ਕੁਐਰੀਜ਼ ਆ ਰਹੀਆਂ ਮਾਵਾਂ ਦੀਆਂ, ਪਿਓਾਂ ਦੀਆਂ, ਉਹ ਕੌਲ ਕਰਦੇ ਆ ਸਾਡਾ ਬੱਚਾ ਕੈਨੇਡਾ ਕੱਢ ਦਿਉ ਜੀ, ਅਸੀਂ ਇੱਧਰ ਸਿਕਿਓਰ ਨਹੀਂ ਹੈਗੇ, ਠੀਕ ਹੈ ਜੀ। ਸੋ ਕੈਨੇਡਾ ਕਦੇ ਖਤਮ ਨਹੀਂ ਹੋ ਸਕਦਾ, ਅਸੀਂ ਕੈਨੇਡਾ ਦਾ ਕੰਮ ਕਰਦੇ ਹਾਂ ਜੀ। ਕਿਹੜੀ ਪ੍ਰੋਫਾਈਲ ਆ ਜਿਸ ਦਾ ਅਸੀਂ ਵੀਜ਼ਾ ਨਹੀਂ ਲਵਾਇਆ ਜੀ? ਲੋਕ ਸਰੋਪੇ ਦੇ ਕੇ ਜਾਂਦੇ ਆ ਜੀ, ਠੱਗੀ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ ਹੈ, ਵੀਜ਼ੇ ਜਦੋਂ ਵੀਜ਼ਾ ਲੱਗ ਜਾਂਦਾ ਉਸ ਤੋਂ ਬਾਅਦ ਪੇਮੈਂਟ ਲਈਦੀ ਹੈ ਜੀ, ਠੀਕ ਹੈ। ਜਿਨ੍ਹਾਂ ਨੇ ਠੱਗੀ ਮਾਰਨੀ ਉਹਨਾਂ ਦੇ ਖੂਨ 'ਚ ਹੀ ਠੱਗੀ ਹੁੰਦੀ ਹੈ ਜੀ। ਮੈਂ ਤੁਹਾਨੂੰ ਦੱਸੀ ਨਾ, ਵੀਜ਼ਾ ਲੱਗਣ ਤੋਂ ਬਾਅਦ ਠੱਗੀ ਮਾਰ ਲੈਂਦੇ ਆ ਜੀ ਉਹ, ਵੀ ਤੁਹਾਡੀ ਰਿਫਿਊਜ਼ਲ ਆ ਗਈ, ਕੀ ਕਹੋਗੇ ਜੀ ਇਹਨੂੰ? ਹੋਰ ਸੰਭਾਵਨਾਵਾਂ ਕਿੱਥੇ ਕਿੱਥੇ ਜ਼ਿਆਦਾ ਬਣ ਰਹੀਆਂ ਨੇਗੀਆਂ, ਕਿਉਂਕਿ ਪੰਜਾਬੀ ਤਾਂ ਆਪਾਂ 100-150 ਸਾਲ ਤੋਂ ਪ੍ਰਵਾਸ ਕਰ ਰਹੇ, ਕੋਈ ਨਵਾਂ ਫਨੋਮਨਾ ਤਾਂ ਨਹੀਂ ਹੈ ਜੀ। ਪ੍ਰਵਾਸ ਵੈਸੇ ਹੀ ਕਿਤੇ ਵੀ ਦੁਨੀਆ ਦਾ ਫਨੋਮਨਾ ਪ੍ਰਵਾਸ ਹੁੰਦਾ ਹੀ ਹੁੰਦਾ, ਪਰ ਆਮ ਤੌਰ 'ਤੇ ਕਹਿੰਦਾ ਮਾਸ ਲੈਵਲ 'ਤੇ ਨਹੀਂ ਹੋਣਾ ਚਾਹੀਦਾ, ਸਾਡੇ ਇੱਥੇ ਮਾਸ ਲੈਵਲ 'ਤੇ ਹੋਣ ਲੱਗ ਗਿਆ, ਪਰ ਲੋਕ ਜਾਂਦੇ ਆ, ਤੁਸੀਂ ਰੋਕ ਤਾਂ ਸਕਦੇ ਨਹੀਂ। ਹੋਰ ਡੈਸਟੀਨੇਸ਼ਨਸ ਕਿੱਥੇ ਕਿੱਥੇ ਨੇਗੀਆਂ? ਦੇਖੋ ਜੀ, ਕੈਨੇਡਾ ਕੈਨੇਡਾ ਅਸੀਂ ਕਿਉਂ ਕਰਦੇ ਵੀਜ਼ਾ ਗੁਰੂ ਸਟੱਡੀ ਅਬਰੋਡ, ਕੈਨੇਡਾ ਕੈਨੇਡਾ ਕਿਉਂ ਕਰਦਾ, ਉੱਥੇ ਪੀ ਆਰ ਆ,
ਸੈਟਲਮੈਂਟ ਆ ਯੂਰਪ ਦੇ ਵਿੱਚ ਕਿੰਨੀਆਂ ਕੰਟਰੀਆਂ ਹੈ ਜੀ, ਉੱਥੇ ਪੀ ਆਰ ਨਹੀਂ, ਉੱਥੇ ਪੀ ਆਰ ਨਹੀਂ ਹੈਗੀ, ਤੁਸੀਂ ਬੱਚਾ ਭੇਜ ਰਹੇ ਹੋ, ਆਸਟ੍ਰੇਲੀਆ ਪੀ ਆਰ ਹੈ, ਆਸਟ੍ਰੇਲੀਆ ਪੀ ਆਰ ਉੱਥੇ ਟਿਪੀਕਲ ਬਹੁਤ ਹੋ ਗਿਆ ਜੀ, ਵੀਜ਼ਾ ਨਹੀਂ ਦਿੰਦੇ ਜੀ ਉਹ, ਠੀਕ ਹੈ ਜੀ, ਅਗਰ ਵੀਜ਼ਾ ਇੱਕ ਰਿਫਿਊਜ਼, 2-2.5 ਲੱਖ ਰੁਪਏ ਦਾ ਲੋਸ ਆ, ਕੌਣ ਚੱਲੂਗਾ ਜੀ? ਸਿਰਫ ਕੈਨੇਡਾ ਹੀ ਇੱਕੋ ਇੱਕ ਕੰਟਰੀ ਆ ਜਿਨ੍ਹਾਂ ਨੇ ਪੰਜਾਬੀਆਂ ਨੂੰ, ਸਾਡੇ ਯੂਥ ਨੂੰ ਸੰਭਾਲਿਆ, ਮੈਂ ਤਾਂ ਕਹਿੰਦਾ ਸਾਡੀ ਇੱਜ਼ਤ ਢੱਕ ਲਈ ਜੀ ਕੈਨੇਡਾ ਨੇ। ਹੁਣ ਕਹਿੰਦੇ ਨਹੀਂ ਜੀ, ਨਹੀਂ ਕੈਨੇਡਾ ਕਿਉਂ, ਪੰਜਾਬ ਖਾਲੀ, ਕੋਈ ਪੰਜਾਬ ਖਾਲੀ ਨਹੀਂ ਹੁੰਦਾ ਜੀ, ਹਰ ਸਾਲ ਹਰ ਬੱਚਾ 16 ਸਾਲ ਦਾ ਹੋ ਜਾਂਦਾ, ਅਡਲਟ ਹੋ ਜਾਂਦੇ ਹਰ ਸਾਲ, ਯੂਥ ਜਨਰੇਸ਼ਨ ਤੁਰੀ ਆਉਂਦੀ ਆ, ਠੀਕ ਹੈ ਜੀ, ਕਦੇ ਇੱਦਾਂ ਨਹੀਂ ਕੋਈ ਪੰਜਾਬ ਨੂੰ ਕੁਛ ਨਹੀਂ ਖਾਲੀ ਹੁੰਦਾ ਜੀ, ਸਟੂਡੈਂਟ ਉਹ ਵੀ ਸਾਲ ਦੇ ਵਿੱਚ ਵੱਧ ਤੋਂ ਵੱਧ 50-60 ਹਜ਼ਾਰ ਸਟੂਡੈਂਟ ਜਾਂਦਾ ਜੀ, ਠੀਕ ਹੈ ਜੀ, ਸਾਡਾ ਯੂਥ ਲੱਖਾਂ ਦੇ ਵਿੱਚ, 3.5 ਕਰੋੜ ਦੀ ਆਬਾਦੀ ਤਾਂ ਪੰਜਾਬ ਦੀ ਹੋ ਗਈ, ਠੀਕ ਆ। ਫਿਰ ਹੁਣ ਸਿਸਟਮ ਇਹ ਚੱਲ ਪਿਆ ਜੀ, ਸਾਰੀ ਉਮਰ ਜਦੋਂ ਲੰਘ ਜਾਂਦੀ ਆ, ਜਦੋਂ ਸਿਕਿਓਰ ਹੋ ਜਾਂਦੇ ਆ ਫਾਈਨੈਂਸ਼ੀਅਲੀ ਤੌਰ 'ਤੇ, ਵਾਪਸ ਵੀ ਕੈਨੇਡਾ ਤੋਂ ਆ ਜਾਂਦੇ ਆ ਜੀ, ਔਰ ਇਹ ਰਿਵਰਸ ਮਾਈਗ੍ਰੇਸ਼ਨ ਸਟਾਰਟ ਹੋਣ ਵਾਲੀ ਹੋਈ ਹੋਈ ਆ ਜੀ, 1-2% ਆਉਣੇ ਸ਼ੁਰੂ ਹੋ ਗਏ ਆ, ਹੁਣ ਜ਼ਿਆਦਾ ਆਉਣਗੇ, ਬਟ ਹੱਥ 'ਚ ਪੈਸੇ ਲੈ ਕੇ ਕਿਸੇ ਦਾ ਕੈਨੇਡਾ, ਤੁਸੀਂ ਸੁਣਿਆ ਜੀ ਕਿਸੇ ਦਾ ਬੱਚਾ ਕੈਨੇਡਾ ਗਿਆ, ਉਹਦਾ ਪਿਓ ਫਾਹ ਲੈ ਕੇ ਮਰ ਗਿਆ ਹੋਵੇ, ਉਹਨੇ ਜ਼ਹਿਰ ਖਾਧੀ ਹੋਵੇ, ਕਿਸੇ ਦਾ ਇੱਕ ਪਰਸਨ ਵੀ ਗਿਆ ਹੋਵੇ, ਕਿਉਂ? ਕਿਉਂਕਿ ਫਾਈਨੈਂਸ਼ੀਅਲੀ ਫਰੀਡਮ ਆ ਜੀ, ਠੀਕ ਹੈ, ਪੈਸਾ ਸਾਡੇ ਜੀਵਨ ਦਾ ਆਧਾਰ ਆ, ਇਸ ਤੋਂ ਬਿਨਾਂ ਜੇ ਕਹਿੰਦੇ ਵੀ ਪੈਸਾ ਰੱਬ ਨਹੀਂ ਤਾਂ ਰੱਬ ਤੋਂ ਘੱਟ ਵੀ ਨਹੀਂ ਗਾ ਜੀ। ਜੇ ਕੋਈ ਤੁਹਾਨੂੰ ਪੁੱਛੇ ਜਾਂ ਮੈਂ ਪੁੱਛਾਂ ਕਿ ਤੁਹਾਡੀ ਕੰਪਨੀ ਦੂਜਿਆਂ ਤੋਂ ਵੱਖਰੀ ਕਿਵੇਂ ਹੈਗੀ ਜੀ, ਤੁਹਾਡਾ ਕੀ ਕਲੇਮ ਹੈ ਇਸ ਗੱਲ ਦੇ ਲਈ, ਹਵਾ 'ਚ ਨਹੀਂ ਜ਼ਮੀਨੀ ਕੀ, ਕਿ ਆਹ ਸਾਡਾ ਰਿਕਾਰਡ ਆ, ਸਾਡਾ ਰਿਕਾਰਡ ਬੋਲਦਾ ਜੀ। ਯਾਦਵਿੰਦਰ ਜੀ, ਦੇਖੋ ਤੁਸੀਂ ਵੀ ਜਣੇ ਖੜੇ ਦੀ ਤਾਂ ਇੰਟਰਵਿਊ ਕਰਦੇ ਨਹੀਂ ਫਿਰ, ਬਿਲਕੁਲ, ਤੁਸੀਂ ਵੀਜ਼ਾ ਗੁਰੂ ਸਟੱਡੀ ਅਬਰੋਡ ਬਾਰੇ ਸਰਚ ਕਰਕੇ ਆਓਗੇ, ਸਟੱਡੀ ਕਰਕੇ, ਬਿਲਕੁਲ, ਵੀ ਜਿੰਦੀ ਮੈਂ ਇੰਟਰਵਿਊ ਲੈਣ ਚੱਲਿਆ, ਕੱਲ੍ਹ ਤੋਂ ਕੱਲ੍ਹ ਨੂੰ ਸਾਨੂੰ ਤਾਂ ਨਹੀਂ ਕੋਈ ਪ੍ਰੋਬਲਮ ਆਏਗੀ, ਜਾਂ ਤੁਸੀਂ ਜਮ੍ਹਾਂ ਤੁਹਾਡੀ ਟੀਮ ਨੇ ਤੁਹਾਨੂੰ ਕਲੀਨ ਚਿੱਟ ਦਿੱਤੀ ਹੋਣੀ ਵੀ ਚਲੇ ਆਓ, ਵੀਜ਼ਾ ਗੁਰੂ ਵਾਲੇ ਬੰਦੇ ਬਹੁਤ ਸਹੀ ਆ, ਅਸੀਂ ਦੇਖ ਲਿਆ, ਤੁਸੀਂ ਫੇਰ ਆਏ ਆ, ਬਿਲਕੁਲ, ਸਭ ਤੋਂ ਵੱਡਾ ਤਾਂ ਇਹ ਪ੍ਰੂਫ ਆ, ਬਿਲਕੁਲ। ਦੂਜੇ ਨੰਬਰ 'ਤੇ ਜੀ, ਸਾਡੀ ਇੰਸਟਾਗ੍ਰਾਮ ਦੀ ਪ੍ਰੋਫਾਈਲ ਹੈ ਜੀ ਵੀਜ਼ਾ ਗੁਰੂ ਸਟੱਡੀ ਅਬਰੋਡ, ਉੱਥੇ ਇੱਦਾਂ ਦੇ ਤੁਹਾਨੂੰ ਕੇਸ ਦੇਖਣ ਨੂੰ ਮਿਲਣਗੇ ਜਿਨ੍ਹਾਂ ਦੇ ਵਿੱਚ ਬਹੁਤ ਘਰ ਬਚਾਏ ਜੀ ਅਸੀਂ। ਇੱਕ ਕੁੜੀ ਤਰਨ ਤਾਰਨ, ਉਹਦਾ ਵੀਜ਼ਾ ਲਗਵਾਇਆ ਜੀ, ਵੀਜ਼ਾ ਨਹੀਂ ਲੱਗਿਆ 3 ਵਾਰੀ, ਅਤੇ ਮੁੰਡੇ ਨੇ ਛੱਡਤੀ ਕੁੜੀ ਜੀ, ਇਕੱਲੀ ਇਕੱਲੀ ਕੁੜੀ, ਔਰ ਉਹਦਾ ਪੂਰਾ ਗੁਰਸਿੱਖ ਪਿਓ ਜੀ, ਸਾਰੇ ਦਰਬਾਰ ਸਾਹਿਬ ਨੂੰ ਮਿਲਣ ਵਾਲੇ, ਗੋਲਡਨ ਟੈਂਪਲ ਜਾਣ ਵਾਲੇ, ਕੁੜੀ ਨੂੰ ਛੱਡਤਾ, ਉਹ ਸਾਡੇ ਕੋਲ ਆਏ ਕਹਿੰਦੇ ਸਾਡੀ ਤਾਂ ਕੁੜੀ ਦੀ ਜ਼ਿੰਦਗੀ ਬਰਬਾਦ ਹੋ ਗਈ, ਠੀਕ ਆ ਜੀ, ਸਾਡਾ ਸਿਮਨਾ ਪੁੱਤ ਮਿੱਟੀ ਹੋ ਗਿਆ। ਵਾਹਿਗੁਰੂ ਨੇ ਕਿਰਪਾ ਕੀਤੀ, ਅਸੀਂ ਵੀਜ਼ਾ ਅਪਲਾਈ ਕੀਤਾ, ਕੁੜੀ ਦਾ ਵੀਜ਼ਾ ਆ ਗਿਆ ਜੀ। ਉਸ ਤੋਂ ਬਾਅਦ ਜਦੋਂ ਪਾਸਪੋਰਟ ਲੈਣ ਆਏ, ਸਟੈਂਪ ਪਾਸਪੋਰਟ, ਉਹਨਾਂ ਨੇ ਇਹ ਕਿਹਾ, ਕਹਿੰਦੇ ਅਸੀਂ ਤੁਹਾਨੂੰ ਜਿਹੜੀ ਮਿੱਟੀ ਕਹਿ ਕੇ ਗਿਆ ਸੀ ਨਾ, ਮਿੱਟੀ ਹੋ ਗਈ, ਸਾਡੀ ਕੁੜੀ ਸਿਉਣਾ ਹੋ ਗਈ। ਮੈਂ ਕਿਹਾ ਜੀ ਕਿਵੇਂ ਵੀਜ਼ਾ ਲੱਗਣਾ? ਕਹਿੰਦੇ ਜੀ ਵੀਜ਼ਾ ਤਾਂ ਚਲੋ ਲੱਗਿਆ ਹੀ ਆ, ਸਾਨੂੰ ਸਾਡੀ ਕੁੜੀ ਨੂੰ 10 ਰਿਸ਼ਤੇ ਆ ਗਏ ਉੱਦਣ ਦੇ, ਵੀ ਸਾਨੂੰ ਰਿਸ਼ਤਾ ਦਿਓ ਕੁੜੀ ਦਾ, ਠੀਕ ਹੈ ਜੀ। ਸੋ ਸਾਡੇ ਲਈ ਤਾਂ ਇਹ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਗੁਰਪ੍ਰੀਤ ਜੀ, ਮੈਂ ਦੇਖ ਰਿਹਾ ਸੀਗਾ, ਜਿਵੇਂ ਤੁਸੀਂ ਕਿਹਾ, ਅਸੀਂ ਵੀ ਦੇਖ ਦਿਆਂਗੇ ਕਿ ਕੌਣ ਬੰਦਾ ਕੀ ਆ, ਕਿੰਨੀ ਉਹਦੀ ਸਟਰਗਲ ਆ। ਤੁਸੀਂ ਪਹਿਲਾਂ ਬਹੁਤ ਲੰਬਾ ਸਮਾਂ ਕੰਮਕਾਰ 'ਚ ਹੀ ਰਹੇ ਹੋ, ਫਿਰ ਤੁਸੀਂ ਕਾਰੋਬਾਰ 'ਚ ਆਏ, ਥੋੜ੍ਹਾ ਪਰਸਨਲ, ਕਿਉਂਕਿ ਮੋਗੇ ਬਾਰੇ ਕਿਹਾ ਜਾਂਦਾ ਤੁਸੀਂ ਮੋਗੇ ਤੋਂ, ਹਾਂਜੀ ਮੋਗੇ, ਅਤੇ ਮੋਗੇ ਬਾਰੇ ਕਿਹਾ ਜਾਂਦਾ ਮੋਗਾ ਚਾਹ ਜੋਗਾ, ਅਤੇ ਹੁਣ ਮੋਗਾ ਚਾਹ ਜੋਗਾ ਨਹੀਂ ਰਿਹਾ ਹੈਗਾ, ਹਾਂਜੀ ਬੀਜਿਆਂ ਜੋਗਾ ਜੀ ਹੁਣ ਤਾਂ। ਦੇਖੋ ਜੀ, ਮੈਂ ਤੁਹਾਨੂੰ ਦੱਸਦਾ ਕਿ 36-37 ਸਾਲ ਉਮਰ ਹੋ ਗਈ ਜੀ ਮੇਰੀ। ਫਾਦਰ ਸਾਹਿਬ ਮੇਰੇ ਐਕਸਾਈਜ਼ ਇੰਸਪੈਕਟਰ ਸੀਗੇ ਜੀ, ਰਿਟਾਇਰ ਹੋ ਗਏ ਆ। ਇੱਕ ਬ੍ਰਦਰ ਆ, ਉਹ ਬਾਹਰ ਗਿਆ ਜੀ, ਵਾਈਫ ਹਾਈ ਕੋਰਟ ਦੇ ਵਿੱਚ ਐਡਵੋਕੇਟ। ਮੈਂ ਜਦੋਂ ਇਹ ਫੀਲਡ ਦੇ ਵਿੱਚ ਆਇਆ ਜੀ, ਅਤੇ ਪਹਿਲਾਂ ਮੈਂ ਜੋਬ ਕੀਤੀ, ਕੁਛ ਕੁ ਟਾਈਮ ਜੋਬ ਕਰਕੇ ਆਪਦਾ ਆਫਿਸ ਕਰ ਲਿਆ ਜੀ। ਲੁਧਿਆਣੇ ਦਾ ਕੋਈ ਏਜੰਟ ਸੀਗਾ ਜੀ, ਜਿਹੜਾ ਕਹਿੰਦਾ ਮੈਂ ਵਰਕ ਪਰਮਿਟ ਕੈਨੇਡਾ ਦੇ ਲਗਵਾ ਕੇ ਦਊਂਗਾ ਜੀ, ਅਤੇ ਉਹਨੂੰ 7-8 ਪਾਸਪੋਰਟ ਦਿੱਤੇ, ਉਹਨੇ ਇੱਕ ਵੀ ਵੀਜ਼ਾ ਨਹੀਂ ਲਗਵਾਇਆ ਜੀ, ਠੀਕ ਆ ਜੀ। ਉਹ ਮੇਰਾ ਐਜਾ ਸਿਸਟਮ ਹਿੱਲਿਆ ਕਾਰੋਬਾਰ ਦਾ ਜੀ, ਉਹ ਬਿਲਕੁਲ ਜ਼ੀਰੋ ਹੋ ਗਿਆ, ਠੀਕ ਹੈ ਜੀ। ਦੈਨ ਫਿਰ ਜੋਬ ਕੀਤੀ ਜੀ, ਘੱਟੋ ਘੱਟ ਮੈਂ 15 ਦਫ਼ਤਰਾਂ ਦੇ ਵਿੱਚ ਜੀ, 12 ਸਾਲ ਦਾ ਮੇਰਾ ਤਜਰਬਾ ਜੀ, 2-2.5 ਸਾਲ ਹੋਏ ਆ ਸਟੈਬਲਿਸ਼ ਹੋਏ ਨੂੰ ਮੈਨੂੰ ਚੰਡੀਗੜ੍ਹ ਦੇ ਵਿੱਚ, 12 ਸਾਲ ਦਾ ਤਜਰਬਾ ਜੀ, 12 ਸਾਲ ਦੇ ਵਿੱਚ ਬਹੁਤ ਧੱਕੇ ਖਾਧੇ ਜੀ,
ਬਹੁਤ ਜੋਬਸ ਕੀਤੀਆਂ ਜੀ, ਬੜੀਆਂ ਗੱਲਾਂ ਬੌਸ ਦੀਆਂ ਸੁਣੀਆਂ ਜੀ ਆਪਦੇ, ਇੱਦਾਂ ਦੇ ਮਾੜੇ ਚੰਗੇ ਟਾਈਮ ਮੈਂ ਬਹੁਤ ਦੇਖੇ ਜੀ। ਠੀਕ ਹੈ ਜੀ, ਮੈਂ ਕੱਖੋਂ ਲੱਖ ਵੀ ਹੋਇਆ, ਲੱਖੋਂ ਕੱਖ ਵੀ ਹੋਇਆ ਜੀ, ਅਤੇ ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਇੰਨੀ ਕਿਰਪਾ ਜੀ, ਇੱਕ ਰੁਪਏ ਦੀ ਠੱਗੀ ਨਹੀਂ ਜੀ ਮੈਂ ਮਾਰਦਾ, ਇੱਕ ਰੁਪਈਆ ਵੀ ਕੋਈ ਇੱਧਰ ਉੱਧਰ ਨਹੀਂ ਜੀ ਕਿਸੇ ਦਾ। ਤੁਸੀਂ ਜਦੋਂ ਸਾਡੀ ਪ੍ਰੋਫਾਈਲ ਦੇਖੋਗੇ ਇੰਸਟਾਗ੍ਰਾਮ 'ਤੇ, ਉਹ ਸਾਡੀ ਬੋਲੂਗੀ ਜੀ ਕਿ ਵੀਜ਼ਾ ਗੁਰੂ ਸਟੱਡੀ ਅਬਰੋਡ ਕੌਣ ਹੈ ਜੀ। ਮੈਂ ਤਾਂ ਇੱਕ ਗੱਲ ਯਾਦਵਿੰਦਰ ਜੀ ਤੁਹਾਨੂੰ ਕਹਿੰਦਾ, ਕੋਈ ਵੀ ਜਿਹੜੇ ਆ ਦੇਖ ਰਹੇ ਆ ਹੁਣ ਜੀ ਆਪਣੇ ਇੰਟਰਵਿਊ, ਸਾਡੀ ਇੰਡਸਟਰੀ ਦੇ ਵੀ ਬਹੁਤ ਦੇਖਣਗੇ ਹੋਰ ਇੰਡਸਟਰੀ ਰਿਲੇਟਡ, ਕਦੇ ਠੱਗੀ ਦਾ ਪੈਸਾ ਘਰੇ ਨਾ ਲਿਜਾਓ। ਕਿਉਂ ਨਾ ਲਿਜਾਓ? ਤੁਸੀਂ ਅੱਜ ਪੈਸਾ ਕਮਾ ਕੇ ਆਪਣੀ ਫੈਮਿਲੀ ਨੂੰ ਦੇ ਰਹੇ ਹੋ, ਕਿੰਨੇ ਪਿੱਛੇ ਬੰਦਾ ਠੱਗੀ ਮਾਰਦਾ? ਬੱਚਿਆਂ ਲਈ, ਆਪਣੇ ਪਰਿਵਾਰ ਲਈ? ਕੀ ਤੁਹਾਨੂੰ ਇਸ ਗੱਲ ਦੀ ਤਸੱਲੀ ਆ ਜਦੋਂ ਤੁਸੀਂ ਥੋੜ੍ਹੇ ਜਿਹੇ ਓਵਰੇਜ ਹੋਵੋਗੇ ਬੁਢਾਪੇ 'ਚ, ਇਹ ਬੱਚੇ ਤੁਹਾਨੂੰ ਪਾਣੀ ਵੀ ਪੁੱਛਣਗੇ ਕਿ ਨਹੀਂ? ਹੋ ਸਕਦਾ ਘਰੋਂ ਹੀ ਕੱਢ ਦੇਣ। ਠੀਕ ਹੈ ਜੀ, ਸੋ ਇਹ ਗੱਲ ਆ, ਕੱਲ੍ਹ ਦਾ ਕੁਛ ਨਹੀਂ ਪਤਾ ਜੀ ਕੀ ਹੋਣਾ, ਆਪਦੇ ਕਰਮ ਨਾ ਮਾੜੇ ਕਰੋ। ਅਸੀਂ ਵੀਜ਼ਾ ਲਵਾ ਕੇ ਹੀ ਵਧੀਆ ਸਾਡਾ ਕਾਰੋਬਾਰ ਚੱਲ ਰਿਹਾ ਜੀ, ਦੋ ਹਫ਼ਤੇ ਸਾਡੇ ਦਫ਼ਤਰ 17 ਦੇ ਵਿੱਚ ਹੋ ਗਏ ਜੀ, ਗੁਰੂ ਸਾਹਿਬ ਦੀ ਕੋਈ ਕਿਰਪਾ ਹੈ ਜੀ, ਗੱਲ ਨਹੀਂ। ਇਹ ਵੀ ਨਹੀਂ ਵੀ ਸਾਡੇ ਕੋਲ ਬਹੁਤ ਪੈਸਾ ਮੇਰੇ ਕੋਲ ਆ ਗਿਆ, ਮੇਰੇ ਕੋਲ ਲਗਜ਼ਰੀ ਗੱਡੀਆਂ, ਇੱਦਾਂ ਨਹੀਂ, ਰੋਟੀ ਵਧੀਆ ਖਾ ਰਹੇ ਹਾਂ ਜੀ 3 ਟਾਈਮ ਦੀ, ਵਿਦ ਡਿਊ ਰਿਸਪੈਕਟ ਜੀ। ਸਭ ਕਹਿ ਜਾਂਦਾ ਨਾ, ਕੋਈ ਕਿਸੇ ਦੀ ਕਮਜ਼ੋਰੀ ਹੁੰਦੀ ਹੈ, ਕਿਸੇ ਦੀ ਤਾਕਤ ਆਪਾਂ ਮੰਨ ਦਿਆਂਗੇ ਕਿ ਆਹ ਚੀਜ਼ ਮੇਰੀ ਘਾਟ ਆ, ਆਹ ਮੇਰੀ ਤਾਕਤ ਆ ਜਿਹਦੇ ਕਰਕੇ ਮੈਂ ਕਾਰੋਬਾਰ ਸਟੈਬਲਿਸ਼ ਹੋਏ ਹਾਂ ਜੀ। ਤੁਹਾਡੀ ਤਾਕਤ ਕੀ ਹੈ? ਕਿਸੇ ਦੀ ਕਿਸੇ ਧਰਮ ਨਾਲ ਜੁੜੀ ਹੁੰਦੀ ਹੈ, ਕਈ ਕੋਈ ਕਿਸੇ ਕਿਤਾਬਾਂ ਨਾਲ ਜੁੜੇ ਹੈ, ਤੁਹਾਡੀ ਤਾਕਤ ਕੀ ਹੈ? ਕਹਿੰਦੇ ਜੀ ਸਾਡੇ ਬੱਚੇ ਸਾਡੇ ਖਵਾਰ ਪਤਾ ਕਿਉਂ ਹੋਏ ਆ? ਗੁਰੂ ਤੋਂ ਬੇਮੁੱਖ ਹੋ ਗਏ। ਠੀਕ ਹੈ ਜੀ, ਮੇਰੀ ਵੀ ਦਾੜੀ ਕਤਰਾਵੀ ਆ, ਬਟ ਪਿਛਲੇ 2-2.5 ਸਾਲ ਤੋਂ ਮੈਂ ਦਰਬਾਰ ਸਾਹਿਬ ਜਾਣਾ ਸਟਾਰਟ ਕੀਤਾ ਜੀ। ਹਰਿਮੰਦਰ ਸਾਹਿਬ, ਹਰਿਮੰਦਰ ਸਾਹਿਬ ਉਹ ਆਪੇ ਲੈ ਕੇ ਜਾਂਦਾ ਜੀ। ਹੁਣ ਤੁਸੀਂ ਗੱਲ ਉਹ ਜੀ ਕਰ ਲਈ, ਮੈਨੂੰ ਪਰਸਨਲ ਮੈਨੂੰ ਗੱਲ ਕਰਨੀ ਪੈ ਗਈ, ਨਹੀਂ ਤਾਂ ਮੈਂ ਦੱਸਦਾ ਨਹੀਂ ਕਿਸੇ ਨੂੰ ਜੀ। ਜਦੋਂ ਦਾ ਜਾਣਾ ਮੈਂ ਬੱਸ 'ਤੇ ਜਾਣ ਲੱਗਾ ਸੀ ਜੀ, ਹੁਣ ਗੱਡੀ 'ਤੇ ਜਾਈਦਾ, 2 ਤਲੀ 'ਤੇ ਸਰੋਂ ਜੰਮੀ ਹੈ ਜੀ। ਤੁਸੀਂ ਕਿਸੇ ਨੂੰ ਪਿਓ ਬਣਾ ਕੇ ਦੇਖੋ, ਕਿਸੇ ਗੁਰੂ ਨੂੰ ਆਪਦਾ। ਠੀਕ ਹੈ ਜੀ, ਲੋਕ ਤਾਂ ਪਖੰਡੀਆਂ ਮਗਰ ਤੁਰੇ ਫਿਰਦੇ ਆ ਨਾ, ਅਤੇ ਬਾਅਦ 'ਚ ਕਹਿੰਦੇ ਸਾਡੀ ਤਰੱਕੀ ਨਹੀਂ ਹੁੰਦੀ, ਅਸੀਂ ਤਾਂ ਉੱਥੇ ਜੀ ਖੜ੍ਹੇ ਜਿੱਥੇ 10 ਸਾਲ ਪਹਿਲਾਂ ਸੀ। ਸੋ ਮੇਰੀ ਅਗਰ ਮੇਰੇ ਪਿੱਛੇ ਕੋਈ ਸ਼ਕਤੀ ਹੈ ਜੀ, ਉਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ। 2-2.5 ਸਾਲਾਂ ਦੇ ਵਿੱਚ ਦੱਸ ਤਾ ਮੈਂ ਕਿ ਵੀਜ਼ਾ ਗੁਰੂ ਸਟੱਡੀ ਅਬਰੋਡ ਗੁਰਪ੍ਰੀਤ ਕੋਈ ਹੈਗਾ ਇੰਡਸਟਰੀ ਦੇ ਵਿੱਚ। 2-2.5 ਸਾਲ ਕੋਈ ਜ਼ਿਆਦਾ ਨਹੀਂ ਹੁੰਦੇ ਜੀ, ਕੋਈ ਕਿਸੇ ਏਜੰਟ ਕੋਲ ਨਾਂ ਲੈ ਲਓ ਜੀ, ਵਾਹਿਗੁਰੂ ਦੀ ਕਿਰਪਾ ਨਾਲ ਅਗਲਾ ਜਾਣਦਾ ਹੋਰ ਤੁਹਾਨੂੰ ਪੋਜ਼ਿਟਿਵ ਫੀਡਬੈਕ ਦਊਗਾ ਕਿ ਯਾਰ ਗੁਰਪ੍ਰੀਤ ਬੰਦਾ ਬਹੁਤ ਵਧੀਆ। ਮੈਂ ਤਾਂ ਇੱਥੋਂ ਤੱਕ ਸੁਣਿਆ ਤੁਸੀਂ ਲੋਕ ਕਹਿੰਦੇ ਏਜੰਟਾਂ ਦੇ ਪੈਸੇ ਮੰਗਵਾਉਣੇ ਸਭ ਧੋਖੇ ਦੇ, ਤੁਸੀਂ ਏਜੰਟਾਂ ਤੋਂ ਵੀ ਪੈਸੇ ਮੰਗਵਾਏ ਆ? ਬਹੁਤ ਇੱਦਾਂ ਦੇ ਕੇਸ ਆ ਜੀ, ਜਿਸ ਮੈਂ ਨਾ ਬਠਿੰਡੇ ਮਾਨਸਾ ਦੇ ਲੋਕ ਬਹੁਤ ਭੋਲੇ ਦੇਖੇ ਆ ਜੀ, ਬੜੇ ਭੋਲੇ ਜਿਹੇ ਲੋਕ ਆ ਜੀ, ਅਤੇ ਮੈਨੂੰ ਲੱਗੇ ਪਰਸਨਲੀ। ਸੋ ਉਹਨਾਂ ਦੇ ਏਰੀਏ ਦੇ ਵਿੱਚ ਇੱਥੋਂ ਦੇ ਸ਼ਾਤਰ ਲੋਕ ਸਾਡੇ ਵੱਡੇ ਸ਼ਹਿਰਾਂ ਦੇ ਜਾ ਕੇ ਉੱਧਰ ਦੁਕਾਨਾਂ ਖੋਲ੍ਹਦੇ ਆ, ਫਿਰ ਉੱਥੇ ਮਾਰਦੇ ਆ ਠੱਗੀ। ਅਤੇ ਉਹ ਇੱਕ ਮੈਨੂੰ ਇੱਦਾਂ ਦਾ ਬੰਦਾ ਬਠਿੰਡੇ ਦਾ ਮਿਲਿਆ ਜੀ, ਕਹਿੰਦਾ ਯਾਰ ਮੈਂ ਤਾਂ, ਕਹਿੰਦਾ ਮੇਰੇ ਪੈਸੇ ਕਢਾ ਦੇ। ਮੈਂ ਕਿਹਾ ਤੁਸੀਂ ਬੰਦੇ ਬੁੰਦੇ ਇਕੱਠੇ ਕਰਕੇ ਜਾਓ, ਛਿੱਤਰ ਮਾਰੋ ਸਾਲੇ ਦੇ। ਕਹਿੰਦੇ ਜੀ ਛਿੱਤਰ ਕੀ ਮਾਰ? ਕਹਿੰਦਾ ਮੇਰਾ ਸੁਭਾਅ ਇੱਦਾਂ ਦਾ, ਮੈਨੂੰ ਕੋਈ ਗੋਲੀ ਵੀ ਮਾਰ ਜੇ ਨਾ ਤਾਂ ਮੈਂ ਕਹੂੰਗਾ ਚੱਲ ਯਾਰ ਮੇਰੀ ਲਿਖੀ ਹੋਈ ਐਂ ਸੀ, ਚੱਲ ਮਾਰ ਗਿਆ ਤਾਂ ਮਾਰ ਗਿਆ ਗੋਲੀ। ਮੈਂ ਕਿਹਾ ਇੱਡਾ ਸਬਰ ਲੋਕਾਂ ਦੇ ਵਿੱਚ, ਮੈਂ ਕਿਹਾ ਤੇਰੇ ਪੈਸੇ ਜ਼ਰੂਰ ਕਢਾ ਕੇ ਦੂੰਗਾ। ਅਗਲੇ ਦਿਨ ਮੈਂ ਫੋਨ ਕੀਤਾ, ਮੈਂ ਕਿਹਾ ਵੀ ਇੱਦਾਂ ਕਰਕੇ, ਚਲੋ ਉਹਨੂੰ ਕਈ ਜੋ ਗੱਲ ਕੀਤੀ ਮੈਂ ਉਹਦੇ ਨਾਲ, ਉਹਨੇ ਫੋਨ ਕੀਤਾ ਕਹਿੰਦਾ ਵੀ ਪੈਸੇ ਲੈ ਜਾਓ, GIC ਦੀ ਸਾਰੀ ਪੇਮੈਂਟ ਵਾਪਸ ਮੋੜੀ ਜੀ। ਸੋ ਇਮੋਸ਼ਨਲੀ ਟੱਚ, ਅਸੀਂ ਇਮੋਸ਼ਨਲ ਹੋ ਜਾਂਦੇ ਹਾਂ ਜੀ ਕਿਤੇ, ਜ਼ਰੂਰੀ ਥੋੜ੍ਹਾ ਵੀ ਪੈਸਾ ਪੈਸਾ ਪੈਸਾ, ਪ੍ਰੋਫੈਸ਼ਨਲਿਜ਼ਮ ਥੋੜ੍ਹੇ ਇਸ ਤੋਂ ਬਾਹਰ ਹੋ ਕੇ ਵੀ ਲੋਕਾਂ ਦੀ ਹੈਲਪ ਕਰਨ 'ਚ ਵਧੀਆ ਲੱਗਦਾ ਜੀ। ਇਹੀ ਤਾਕਤ ਹੁੰਦੀ ਹੈ, ਇਹੀ ਤਾਕਤ ਹੈ ਜੀ, ਕੋਨਫੀਡੈਂਸ ਹੁੰਦਾ, ਬੰਦਾ ਬੰਦਾ ਬਣਿਆ ਰਹੇ, ਬਾਕੀ ਤਾਂ ਚੱਲਦਾ ਹੀ ਰਹਿਣਾ ਸਾਰਾ ਕੁਝ। ਤੁਸੀਂ ਕਿਸੇ ਦਾ ਭਲਾ ਕਰਕੇ ਦੇਖੋ ਜੀ, ਕੋਨਫੀਡੈਂਸ ਹੁੰਦਾ। ਮੈਂ 4-5 ਬੱਚੇ ਇੱਦਾਂ ਦੇ ਕਨੇਡਾ ਭੇਜੇ, ਸਾਡੇ ਗੁਰੂ ਸਾਹਿਬ ਵੀ ਇਹੀ ਕਹਿੰਦੇ ਨੇ, 4-5 ਬੱਚੇ ਇੱਦਾਂ ਦੇ ਭੇਜੇ ਜਿਹੜੇ ਜਾ ਨਹੀਂ ਸਕਦੇ, ਪਰ 6 ਬੈਂਡ ਸੀ। ਪੈਸੇ ਤੁਸੀਂ, ਮੈਂ ਕਿਹਾ ਕੈਨੇਡਾ ਜਾ ਕੇ ਦੇ ਦਿਓ, ਉਹ ਵੱਖਰੀ ਗੱਲ ਆ। 5 ਦੇ ਵਿੱਚੋਂ 1 ਦੀ ਪੇਮੈਂਟ ਗਈ, 4 ਦੀ ਅਜੇ ਤੱਕ ਨਹੀਂ ਆਈ ਪਿਛਲੇ 1.5 ਸਾਲ ਤੋਂ। ਪਰ ਆਪਣੇ ਆਪ ਨੂੰ ਤਸੱਲੀ ਆ ਵੀ ਠੀਕ ਆ, ਮੈਂ ਕਰਮ ਕੀਤਾ, ਅੱਗੇ ਅਗਲੇ ਨੇ ਜੋ ਕਰਤਾ ਵਾ ਠੀਕ ਆ। ਮੈਡਮ ਹੁਣ ਸਟਾਫ ਕਹਿੰਦਾ ਲੀਗਲ ਨੋਟਸ ਕਰ ਦਿਓ, ਭੇਜ ਦਿਓ ਜੀ ਉਹਨਾਂ ਦੇ, ਕਾਰਵਾਈ ਕਰੋ। ਮੈਂ ਕਿਹਾ ਨਹੀਂ ਕੋਈ ਨਹੀਂ।
ਜੇ ਮਾਲਕ ਇੰਨਾ ਮਨਾ ਦਿੰਦਾ ਫਿਰ ਵੀ ਤਾਂ ਆਪਾਂ ਜਰਦੇ, ਕੋਈ ਗੱਲ ਨਹੀਂ, ਆਪਣੇ ਕਰਮਾਂ 'ਚ ਹੋਏ ਆ ਜਾਣਗੇ, ਇਹ ਚੀਜ਼ ਹੈ। ਧੰਨਵਾਦ ਗੁਰਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ। ਤਾਂ ਇਹ ਸਨ ਗੁਰਪ੍ਰੀਤ ਸਿੰਘ ਵੀਜ਼ਾ ਗੁਰੂ ਸਟੱਡੀ ਅਬਰੋਡ ਤੋਂ, ਜਿਨ੍ਹਾਂ ਨੇ ਉਹ ਸਾਰੀ ਰੇਂਜ 'ਚ ਗੱਲਾਂ ਕੀਤੀਆਂ। ਇਹ ਨਹੀਂ ਗਾ ਕਿ ਆਪਣੀ ਇੰਡਸਟਰੀ ਨੂੰ ਢੱਕੀ ਚੱਲੋ, ਜਾਂ ਆਪਣੇ ਕੰਮ ਦੇ ਅੰਦਰ ਵੀ ਜਿਹੜੀਆਂ ਕੋਈ ਖਾਮੀਆਂ ਨੇ ਜਾਂ ਪ੍ਰੋਫੈਸ਼ਨ 'ਚ ਨੇ ਉਹਨਾਂ 'ਤੇ ਵੀ ਗੱਲ ਕੀਤੀ, ਔਰ ਨਾਲ ਦੀ ਨਾਲ ਇਹ ਵੀ ਗੱਲ ਕੀਤੀ ਕਿ ਗੁਰੂ ਨਾਲ ਜੁੜ ਕੇ ਹੀ ਸਾਰੇ ਪਾਰ ਉਤਾਰੇ ਹੁੰਦੇ ਨੇ, ਅਤੇ ਜਦੋਂ ਮੌਕਾ ਮਿਲਦਾ ਉਹ ਲੋਕਾਂ ਦੇ ਪੈਸੇ ਤੱਕ ਵੀ ਮੜਵਾਉਂਦੇ ਨੇ।